ਵਿਸ਼ਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਪ੍ਰੋਗਰਾਮ ਪ੍ਰਾਈਮ ਟਾਕ ਦੇ ਵਿੱਚ, ਮੈਂ ਹਾਂ ਅਵਨੀਤ ਸਿੰਘ ਤੇਜਾ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ ਵੱਖ ਸ਼ਖਸੀਅਤਾਂ ਨੂੰ ਲੈ ਕੇ ਹਾਜ਼ਰ ਹੁੰਦੇ ਹਾਂ। ਇਸ ਦੇ ਨਾਲ ਹੀ ਪ੍ਰਾਈਮ ਏਸ਼ੀਆ ਟੀਵੀ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਉੱਭਰੇ ਕਲਾਕਾਰਾਂ ਨੂੰ, ਉੱਭਰੇ ਖਿਡਾਰੀਆਂ ਨੂੰ ਵੀ ਤੁਹਾਡੇ ਸਨਮੁਖ ਕੀਤਾ ਜਾਵੇ ਤਾਂ ਕਿ ਤੁਹਾਨੂੰ ਉਹਨਾਂ ਬਾਰੇ ਵੀ ਜਾਣਕਾਰੀ ਮਿਲ ਸਕੇ। ਅੱਜ ਜਿਸ ਖਿਡਾਰੀ ਦੇ ਨਾਲ ਮੈਂ ਮਿਲਾਉਣ ਜਾ ਰਿਹਾ, ਇਹ ਇੱਕ ਮੁੱਕੇਬਾਜ਼ ਹੈ ਅਤੇ ਉਸ ਪਿੰਡ ਤੋਂ ਨਿਕਲ ਕੇ ਆਉਂਦਾ ਜੋ ਪੰਜਾਬ ਦੇ ਸਿਰ ਕੱਢ ਪਿੰਡਾਂ ਦੇ ਵਿੱਚੋਂ ਇੱਕ ਹੈ। ਇਸ ਪਿੰਡ ਦਾ ਜੇ ਦੌਰਾ ਕੀਤਾ ਜਾਵੇ ਤਾਂ ਤੁਹਾਨੂੰ ਚੰਡੀਗੜ੍ਹ ਤੋਂ ਘੱਟ ਨਹੀਂ ਜਾਪਦਾ। ਪਰ ਸਿਰਫ ਇਸ ਦੀ ਖੂਬਸੂਰਤੀ ਹੀ ਇਸ ਦੀ ਖਾਸੀਅਤ ਨਹੀਂ ਹੈ, ਬਲਕਿ ਖਾਸੀਅਤ ਇਸ ਪਿੰਡ ਦੀ ਇਹ ਹੈ ਕਿ ਇਸ ਪਿੰਡ ਦੇ ਮੈਦਾਨਾਂ ਦੇ ਵਿੱਚ, ਖੇਡ ਮੈਦਾਨਾਂ ਦੇ ਵਿੱਚ ਤੁਹਾਨੂੰ ਉੱਭਰੇ ਖਿਡਾਰੀ ਨਜ਼ਰ ਆਉਣਗੇ। ਉੱਥੋਂ ਦੇ ਬਾਕਸਿੰਗ ਰਿੰਗ ਦੇ ਵਿੱਚ ਲੜਕੀਆਂ ਅਤੇ ਲੜਕੇ ਬਾਕਸਿੰਗ ਕਰਦੇ ਹੋਏ ਨਜ਼ਰ ਆਉਣਗੇ ਅਤੇ ਇਸ ਪਿੰਡ ਦੇ ਵਿੱਚੋਂ ਕਈ ਉੱਭਰੇ ਨਾਂ ਜਿਹੜੇ ਉਹ ਸਾਹਮਣੇ ਆ ਰਹੇ ਆ ਖੇਡਾਂ ਦੀ ਦੁਨੀਆ ਦੇ ਵਿੱਚ। ਜੀ ਹਾਂ, ਇਹ ਪਿੰਡ ਹੈ ਜ਼ਿਲ੍ਹਾ ਲੁਧਿਆਣਾ ਦੀ ਜਗਰਾਓਂ ਤਹਿਸੀਲ ਦੇ ਵਿੱਚ ਚੱਕਰ ਪਿੰਡ। ਜਦੋਂ ਤੁਸੀਂ ਯੂਟਿਊਬ 'ਤੇ ਵੀ ਜਾ ਕੇ ਇਸ ਪਿੰਡ ਨੂੰ ਸਰਚ ਕਰੋਗੇ ਤਾਂ ਇਸ ਪਿੰਡ ਦੀ ਖੂਬਸੂਰਤੀ ਤੁਹਾਨੂੰ ਨਜ਼ਰ ਆਵੇਗੀ, ਨਾਲ ਹੀ ਇਸ ਪਿੰਡ ਦੀਆਂ ਖਾਸੀਅਤ ਜਾਣੀ ਕਿ ਖੇਡਾਂ ਦੀ ਦੁਨੀਆ ਦੇ ਵਿੱਚ ਇਸ ਪਿੰਡ ਵੱਲੋਂ ਪਾਇਆ ਜਾ ਰਿਹਾ ਯੋਗਦਾਨ ਉਹ ਵੀ ਤੁਹਾਨੂੰ ਨਜ਼ਰ ਆਵੇਗਾ। ਮੇਰੇ ਨਾਲ ਇਸੇ ਪਿੰਡ ਤੋਂ ਨਿਕਲ ਕੇ ਜੋ ਮੁੱਕੇਬਾਜ਼ੀ ਦੀ ਦੁਨੀਆ ਦੇ ਵਿੱਚ ਹੌਲੀ ਹੌਲੀ ਅੱਗੇ ਵੱਧ ਰਹੇ ਸੁਖਦੀਪ ਸਿੰਘ ਚੱਕਰੀਆ। ਜੀ ਹਾਂ, ਇਸ ਵਕਤ ਮੇਰੇ ਨਾਲ ਬੈਠੇ ਮੁੱਕੇਬਾਜ਼ ਸੁਖਦੀਪ ਸਿੰਘ ਚੱਕਰੀਆ। ਸੁਖਦੀਪ ਜੀ, ਤੁਹਾਡਾ ਸਵਾਗਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸੁਖਦੀਪ ਸਿੰਘ ਚੱਕਰੀਆ ਇਸ ਵਕਤ ਸਾਡੇ ਟੋਰਾਂਟੋ ਸਟੂਡੀਓ ਵਿੱਚ ਮੇਰੇ ਨਾਲ ਬੈਠੇ ਨੇ ਅਤੇ ਦੱਸ ਦੇਵਾਂ ਕਿ ਅੱਜ ਇਹ ਸਾਡੇ ਨਾਲ ਇੱਥੇ ਕਿਉਂ ਨੇ। ਸੁਖਦੀਪ ਸਿੰਘ ਨੇ ਭਾਰਤ ਦੇ ਵਿੱਚ ਇੱਕ ਜਿਹੜੀ ਮੁੱਕੇਬਾਜ਼ੀ ਲੀਗ ਹੋਈ ਸੀ ਉਸ ਵਿੱਚ ਸਭ ਤੋਂ ਬਿਹਤਰ ਮੁੱਕੇਬਾਜ਼ ਵਜੋਂ ਜਿਹੜਾ ਆਪਣਾ ਨਾਮਨਾ ਖੱਟਿਆ ਸੀ ਅਤੇ ਉਸ ਤੋਂ ਬਾਅਦ ਵੱਖ ਵੱਖ ਦੇਸ਼ਾਂ ਦੇ ਵਿੱਚ ਜਿਹੜੇ ਮੁੱਕੇਬਾਜ਼ੀ ਕਰਾਉਣ ਵਾਲੇ ਜਿਹੜੇ ਕਲੱਬ ਨੇ ਉਹਨਾਂ ਦਾ ਧਿਆਨ ਵੀ ਸੁਖਦੀਪ ਉੱਪਰ ਪਿਆ। 17 ਤਰੀਕ ਨੂੰ ਮਿਸੀਸਾਗਾ ਦੇ ਜੋ ਹਰਸ਼ੀ ਸਟੇਡੀਅਮ ਦੇ ਵਿੱਚ ਉੱਥੇ ਇੱਕ ਮੁੱਕੇਬਾਜ਼ੀ ਫਾਈਟ ਹੋਣ ਜਾ ਰਹੀ ਹੈ ਜਿਸ ਵਿੱਚ ਪ੍ਰਮੁੱਖ ਮੁੱਕੇਬਾਜ਼ ਹਿੱਸਾ ਲੈਣਗੇ ਅਤੇ ਉਸ ਵਾਸਤੇ ਸੁਖਦੀਪ ਨੂੰ ਵੀ ਸੱਦਾ ਭੇਜਿਆ ਗਿਆ। ਸਭ ਤੋਂ ਪਹਿਲਾਂ ਅਸੀਂ ਸੁਖਦੀਪ ਨੂੰ ਪੁੱਛਦੇ ਹਾਂ, ਸੁਖਦੀਪ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਸੁਖਦੀਪ ਸਿੰਘ ਚੱਕਰੀਆ ਕੌਣ ਹੈ ਅਤੇ ਮੁੱਕੇਬਾਜ਼ੀ ਵਿੱਚ ਕਿਵੇਂ ਆਇਆ। ਹਾਂਜੀ, ਮੇਰਾ ਨਾਮ ਸੁਖਦੀਪ ਸਿੰਘ, ਚੱਕਰ ਪਿੰਡ ਤੋਂ ਹਾਂ ਜੀ। ਤਾਂ ਮੈਨੂੰ ਚੱਕਰ ਪਿੰਡ ਦੇ ਨਾਲ ਨਾਲ ਮੈਨੂੰ ਸੁਖਦੀਪ ਚੱਕਰੀਆ ਨਾਲ ਨਾਲ ਵੀ ਜਾਣਿਆ ਜਾਂਦਾ ਜੀ। ਸੋ ਮੈਂ ਚੱਕਰ ਪਿੰਡ ਜਦੋਂ ਸਾਡੀ ਜਿਹੜੀ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਇਹ ਤਕਰੀਬਨ 2006 ਵਿੱਚ ਸਟਾਰਟ ਕੀਤੀ ਸੀ, ਤਾਂ ਉਹ ਅਕੈਡਮੀ ਵਿੱਚੋਂ ਮੈਂ ਆਪਣੀ ਬੋਕਸਿੰਗ ਸਟਾਰਟ ਕੀਤੀ ਜੀ। ਅਤੇ ਆਇਆ ਤਾਂ ਮੈਂ ਵੈਸੇ ਉੱਥੇ ਲੜਨੀ ਸੀ ਕਿਸੇ ਮੁੰਡੇ ਨਾਲ ਜੀ, ਅਤੇ ਫਿਰ ਉਹ ਜਿਹੜੇ ਅਕੈਡਮੀ ਦੇ ਜਿਹੜੇ ਹਾਂਜੀ ਹਾਂਜੀ ਸੱਚੀ ਮੁੱਚੇ ਲੜਾਈ ਜੀ, ਜਿਹੜੇ ਪਿੰਡ ਵਾਲੇ ਲੜਦੇ ਹੁੰਦੇ ਆ, ਜਿਹੜੇ ਪਿੰਡ ਵਾਲੇ ਬੱਚੇ ਲੜਦੇ ਆ। ਮੈਂ 13 ਸਾਲ ਦਾ ਸੀ ਅਤੇ ਫਿਰ ਉੱਥੇ ਜਿਹੜੇ ਉੱਥੇ ਪ੍ਰਬੰਧਕ ਉਹ ਕਹਿੰਦੇ ਜਿਹੜੀ ਤੂੰ ਲੜਨ ਵਾਲੀ ਜਿਹੜੀ ਤੂੰ ਐਨਰਜੀ ਆ ਤੂੰ ਬੋਕਸਿੰਗ ਵਾਲੇ ਆ, ਤਾਂ ਫਿਰ ਮੈਂ ਉਹ ਬੋਕਸਿੰਗ ਖੇਡਣ ਲੱਗ ਗਿਆ ਜੀ। ਅਤੇ ਇੱਦਾਂ ਮੇਰੀ ਬੋਕਸਿੰਗ ਦਾ ਜਿਹੜਾ ਸ਼ੁਰੂਆਤ ਹੋਈ ਜੀ ਮੇਰੀ ਇੱਦਾਂ। ਅੱਛਾ, ਉਹ ਜਿਹੜਾ ਲੜਾਈ ਕਰਨ ਵਾਸਤੇ ਤੁਸੀਂ ਪਹੁੰਚੇ ਸੀਗੇ ਜਿਸ ਵੀ ਮੁੰਡੇ ਦੇ ਨਾਲ, ਹਾਂਜੀ, ਕੀ ਉਸ ਤੋਂ ਪਹਿਲਾਂ ਕਦੀ ਬੋਕਸਿੰਗ ਦਾ ਖਿਆਲ ਵੀ ਨਹੀਂ ਸੀ ਮਨ ਦੇ ਵਿੱਚ? ਨਹੀਂ ਜੀ, ਇਦੋਂ ਪਹਿਲਾਂ ਮੈਂ ਆਪਣੇ ਦੇਖਦਾ ਹੁੰਦਾ ਸੀ ਟੀਵੀ 'ਚ, ਗੁਰਚਰਨ ਸਿੰਘ ਦੇਖਦਾ ਹੁੰਦਾ ਜੀ, ਆਪਣੇ ਜਿਹੜੇ ਪੰਜਾਬ ਦਾ ਬੋਕਸਰ ਓਲੰਪਿਕ ਗਿਆ ਸੀ ਉਹ, ਅਤੇ ਉਹਨੂੰ ਦੇਖਦਾ ਹੁੰਦਾ ਸੀ, ਅਤੇ ਉਦੋਂ ਇੰਨਾ ਪਤਾ ਨਹੀਂ ਹੁੰਦਾ ਵੀ ਅਸੀਂ ਵੀ ਬੋਕਸਿੰਗ ਖੇਡਣ ਲੱਗ ਜਾਵਾਂਗੇ ਜੀ। ਤਾਂ ਉਹਨੂੰ ਦੇਖਦੇ ਦੇਖਦੇ ਫਿਰ ਮੈਨੂੰ ਕਹਿੰਦੇ ਹੁੰਦੇ ਤੂੰ ਬੋਕਸਿੰਗ ਖੇਡ ਲਾ, ਪਰ ਮੈਨੂੰ ਕੋਈ ਜਿਵੇਂ ਮਿਲਦਾ ਨਹੀਂ ਸੀ ਵੀ ਕੀ ਕਰਾਂ ਮੈਂ। ਤਾਂ ਜਦੋਂ ਅਕੈਡਮੀ ਸਟਾਰਟ ਹੋਈ ਅਤੇ ਫਿਰ ਮੈਨੂੰ ਲੱਗਿਆ ਵੀ ਮੈਂ ਉੱਥੇ ਗਿਆ, ਫਿਰ ਉੱਥੇ ਕਿਸੇ ਨਾ ਵੀ ਅਣਬਣ ਹੋ ਗਈ ਅਤੇ ਫਿਰ ਲੜਾਈ ਲੜਾਈ 'ਚ ਫਿਰ ਉਹ ਮੇਰੀ ਇਹ ਸ਼ੁਰੂਆਤ ਹੋ ਗਈ ਜੀ। ਮੈਨੂੰ ਪਤਾ ਨਹੀਂ ਸੀ ਮੈਂ ਬੋਕਸਿੰਗ ਖੇਡਣ ਲੱਗ ਜਾਊਂਗਾ ਜੀ। ਅੱਛਾ, ਜਦੋਂ ਫਿਰ ਬੋਕਸਿੰਗ ਦੀ ਸ਼ੁਰੂਆਤ ਹੋ ਗਈ, ਹਾਂਜੀ, ਅਤੇ ਸ਼ੁਰੂਆਤ ਤੋਂ ਬਾਅਦ ਫਿਰ ਜਿਹੜੀਆਂ ਤੁਹਾਡੀਆਂ ਅੱਗੇ ਵਧਣਾ ਹੌਲੀ ਹੌਲੀ ਅੱਗੇ ਵਧਣਾ ਕਿਉਂਗੀ, ਅਤੇ ਤੁਹਾਨੂੰ ਕੀ ਲੱਗਿਆ ਕਿ ਤੁਸੀਂ ਜਦੋਂ ਤੁਹਾਡੀ ਸ਼ੁਰੂਆਤ ਕਰਵਾਈ ਗਈ ਕਿ ਵਾਕਈ ਤੁਸੀਂ ਇਸ ਫੀਲਡ ਵਾਸਤੇ ਠੀਕ ਹੋ ਜਾਂ ਤੁਹਾਨੂੰ ਕੁਛ ਹੋਰ ਗੇਮ ਲੈਣੀ ਚਾਹੀਦੀ ਸੀ? ਨਹੀਂ ਜੀ, ਜਦੋਂ ਆਪਣੀ ਇੱਕ ਤਾਂ ਮੈਨੂੰ ਫਾਈਟਿੰਗ ਚੰਗੀ ਲੱਗਦੀ ਹੈ ਜੀ। ਅੱਛਾ, ਫਿਰ ਜਦੋਂ ਕੋਚਾਂ ਨੇ ਜਦੋਂ ਮੈਨੂੰ ਟ੍ਰੇਨਿੰਗ ਕਰਾਈ ਜੀ, ਤਾਂ ਫਿਰ ਜਿਹੜੇ ਉਹ ਸਟੈਪ ਹੁੰਦੇ ਆ ਉਹ 3-3 ਮਹੀਨੇ ਵਾਲੇ ਹੁੰਦੇ ਆ, ਮੈਂ ਜਿਵੇਂ 2 ਮਹੀਨੇ 'ਚ ਸਿੱਖ ਗਿਆ, ਮਹੀਨੇ 'ਚ ਸਿੱਖ ਗਿਆ, ਤਾਂ ਇੱਦਾਂ ਫਿਰ ਮੈਨੂੰ ਜਿਵੇਂ ਅੰਦਰੋਂ ਦਿਲੋਂ ਇੰਟਰਸਟ ਸੀ ਮੇਰਾ, ਤਾਂ ਫਿਰ ਇੱਦਾਂ ਮੈਂ ਸਿੱਖਦਾ ਗਿਆ ਅਤੇ ਕਾਫੀ ਅੱਗੇ ਚਲਾ ਗਿਆ ਜੀ ਮੈਂ। ਤੇ ਇਸ ਜਦੋਂ ਸਫ਼ਰ ਦੀ ਸ਼ੁਰੂਆਤ ਹੋਈ, ਉਸ ਤੋਂ ਬਾਅਦ ਫਿਰ ਪ੍ਰਾਪਤੀਆਂ ਕੀ ਕੀ ਰਹੀਆਂ ਹੁਣ ਤੱਕ ਦੀਆਂ, ਹਾਂਜੀ, ਉਹ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰੋ। ਹਾਂਜੀ, ਮੈਂ 2009 ਵਿੱਚ ਮੇਰੀ ਪਹਿਲੀ ਜਿਹੜੀ ਸਕੂਲੀ ਨੈਸ਼ਨਲ ਸੀ ਉਹ 'ਚ ਮੈਂ ਸਿਲਵਰ ਮੈਡਲ ਲਿਆ ਜੀ। ਫਿਰ ਇਦੋਂ ਬਾਅਦ ਫਿਰ ਮੈਂ ਹੌਲੀ ਹੌਲੀ ਫਿਰ ਜਦੋਂ 2011 ਵਿੱਚ ਸੁਪਰ ਕੱਪ ਹੋਇਆ ਜੀ, ਤਾਂ ਮੈਂ ਨੌਰਥ ਦੀ ਟੀਮ ਗਈ ਸੀ ਜੀ, ਹਰਿਆਣਾ ਵੀ ਹੁੰਦੀ ਆ, ਮੈਂ ਹਰਿਆਣਾ ਅਤੇ ਆਪਣੇ ਨੂੰ ਚੰਡੀਗੜ੍ਹ ਨੂੰ ਹਿਮਾਚਲ ਨੂੰ ਰੀਪ੍ਰਜੈਂਟ ਕੀਤਾ ਅਤੇ ਉੱਥੇ ਮੈਂ ਗੋਲਡ ਮੈਡਲ ਲਿਆ ਜਿਹੜੀ ਪੂਰੀ ਇੰਡੀਆ 'ਚੋਂ ਸੁਪਰ ਕੱਪ 'ਚੋਂ ਜੀ। ਫਿਰ ਇਦੋਂ ਬਾਅਦ ਉੱਥੋਂ ਫਿਰ ਮੇਰੀ ਗੁਰਬਖਸ਼ ਸਿੰਘ ਸੰਧੂ ਜੋ ਆਪਣੇ ਜਿਹੜੇ ਆਪਣੇ ਇੰਡੀਆ ਟੀਮ ਦੇ ਜਿਹੜੇ ਚੀਫ ਕੋਚ ਆ ਉਹਨਾਂ ਦੀ ਨਿਗਾਹ ਮੇਰੇ 'ਤੇ ਪਈ, ਉਹ ਕਹਿੰਦੇ ਵੀ ਤੂੰ ਇੱਥੇ ਆ ਕੇ ਵੀ ਸਾਡੇ ਨਾਲ ਵੀ ਉਹਨਾਂ ਨੇ ਮੈਨੂੰ ਸਿਲੈਕਟ ਕਰ ਲਿਆ ਇੰਡੀਆ ਦੀ ਟੀਮ ਵਾਸਤੇ। ਤਾਂ ਫਿਰ ਇਦੋਂ ਬਾਅਦ ਫਿਰ 2012 ਵਿੱਚ ਮੈਂ ਨੈਸ਼ਨਲ ਚੈਂਪੀਅਨ ਬਣਿਆ ਜੀ।
फिर इस बाद फिर जो टीम च सी फिर अगे मेरे इंटरनेशनल टूर हुए काफ़ी जी, पांच टूर मेरे अपने इंटरनेशनल जी। मैं साइप्रस गया, साइप्रस लिमासोल बॉक्सिंग कप, उत्थे मेरा सिल्वर मैडल आ जी। फिर चाइना ओपन गया जी मैं, फिर एशियन चैंपियनशिप गया जी, उत्थे मेरा चौथा स्थान रहा जी। तो इदा मेरा जिमें इंडिया की ओलंपिक टीम ना, मेरा दो बारी एक बार आयरलैंड मेरा ट्रेनिंग टूर से जो ओलंपिक तो पहले प्रैपरेशन 2012 च, तो फिर 2016 च, फिर इदा मेरा ये जी जर्नी है मेरी ये इन्नी है जी। जो सुपर बॉक्सिंग लीग हुई थी उस विच तुसी बेस्ट बॉक्सर जिहड़े आ तुसी चुने गए सीगे, हाँ जी, उस लीग बारे दसो कि जां हुण तक जिन्ना भी तुसी अपना सफर दस्या तुहाडे लई सब तो वड्डा टूरनामेंट किहड़ा रहा हुण तक दा? सब तो वड्डा टूरनामेंट मेरा जी, क्योंकि जो मैं ट्रेनिंग करता हुंदा सी जां जदों फाइट करदा हुंदी तां कोच कहिंदे वी तेरी जिहड़ा स्टाइल आ एमेचर स्टाइल नहीं हैगा, तेरा प्रोफेशनल स्टाइल आ जी। मैनूं उदों पता नहीं लगदा वी मैं प्रोफेशनल जावां किवें, उदों उत्थे इंडिया च मैं प्रोफेशनल स्कोप है नहीं सी उदों। तो फिर जो उत्थे 2017 में प्रोफेशनल लीग SBL सुपर बॉक्सिंग लीग हुई जी, फिर उत्थे मैनूं जदों पता लग्गिया फिर मैं उस पार्टीसिपेट किया। तो एक तो मेरा स्टाइल ही मेरा एम प्रोफेशनल सी, तो फिर जो फाइटा मैं तकरीबन 5 फाइटा हुई मेरी, तो 5 फाइटा डोमीनेट किया मैं जी। तो काफ़ी वधिया एक्सपीरियंस रहा मेरा, सब तो वधिया मेरा टूरनामेंट रहा जी। वो ये सब तो फिर औखी, क्योंकि कई बार हुंदा भलवान नूं अपने तो थोड़ा वड्डा भलवान टक्कर जांदा अगले बन्ने ते मुश्किल हुंदा उस लड़ाई नूं जितना, तुहाडी इस जिहड़ी जर्नी रही है इस विच हुण तक सब तो चैलेंजिंग जिहड़ा तुहाडे वास्ते ओपोनेंट रहा वह कौन रहा? सुपर बॉक्सिंग लीग मेरा सैकेंड फाइट सी मेरी काफ़ी टफ रही जी, क्योंकि वो मेरे पहली फाइट जी ना मैं जी पहला राउंड मेरा उस मेरे ना हाथ फ्रैक्चर हो गया सी, तो फिर वो चार राउंड खेडने से, तो फिर इदा ही मैं फिर मैं भी किमें ना किमें मैं चार राउंड क्ढने फिर मैं राइट हैंड को पिछे रख लिया, फिर मैं लैफ्ट हैंड खेडी गया जी, फिर एक हथ ही खेडी गया जी। तो यूट्यूब भी देख सकते हैं मैं एक हथ ही सारा कुछ जिमें पंच मारदा मु निकलदा गाँ, तो काफ़ी वधिया एक्सपीरियंस रहा। तो मेरी टफ फाइट थी किमें भी सैचुएशन मैं हैंडल किया मैं जी। हाँ जी, तो जी फाइट की गल कर रहे हैं तो असं अपने दर्शकों भी नाल फाइट भी जी तुसी देख रहे हो अपनी स्क्रीन के उपर इस वक्त चल रही जी फाइट, यह फाइट है जो काफ़ी टफ रही सुखदीप वास्ते। सुखदीप जिवें प्रोफेसनल बॉक्सिंग की गल करते हैं, प्रोफेसनल बॉक्सिंग भारत इन्ना ज़्यादा वो चर्चा नहीं सी होंगी जदों विजेंद्र सिंह ने खास करके प्रोफेसनल बॉक्सिंग पैर रख्या, तो उस तो बाद जिक्र होना ज़्यादा शुरू हो गया। हाँ जी, बॉक्सिंग प्रोफेसनल बॉक्सिंग कितनी वक्री है दूजी बॉक्सिंग नालों, तो ये जे आके तुसी फाइट करते हो तो यदा की बेनीफिट है दूजी बॉक्सिंग के मुकाबले? ये जी आया जो विजेंद्र सी जिहड़ा वह मेरे नाल ही ट्रेनिंग करता रहा जी, ट्रेनिंग पार्टनर रहे हैं जी 2012 तो रहकर 2016 तक मैं इंडिया टीम से, वो भी नाल ही होंगे जी साढ़े जी ट्रेनिंग करते रहे जी। जिहड़ा एमेचर तो प्रोफेसनल आ जी, एमेचर च 3 राउंड होंगे, तो 3 राउंड तुसी तेजी तेजी नाल पंच मारने होंगे तो निकलना होंगे, तो जिमें तुसी पंच मार के तो पंच खाना नहीं हुंदा, तो जिहड़ी प्रोफेशनल आ इहदे च थोड़ा पेशेंस रखना पैंदा, पंच सहने भी पैंदे आ, फिर मारने पैंदे आ, नॉकआउट करना पैंदा, तो यह पेशेंस वाली गेम आ, तुसी ऐ नहीं भी बस पंच ही मारने, जिहड़े पंच तुसी डोमीनेट करनी हुंदी फाइट नूं। तो एमेचर अपनी देश लई हुंदी आ, देश लई खेड सकदे आ, जिहड़ी प्रोफेशनल हुंदी आ इह तुहाडी निजी हुंदी आ, तुसी आपदा निजी कित्थों तक जा सकदे आ, आप फाइटां करके ਕਿਹੜੀ ਬੈਲਟ ਜਿੱਤ ਸਕਦੇ ਹਾਂ ਤੁਸੀਂ, WBO ਜਿੱਤ ਸਕਦੇ ਹਾਂ, WBC ਏਸ਼ੀਆ ਜਿੱਤ ਸਕਦੇ ਹਾਂ, ਤਾਂ ਇਹ ਇਹਨਾਂ ਦੇ ਜਿਹੜੇ ਇਹ ਲੈਵਲ ਹੁੰਦੇ ਇਹਨਾਂ ਦੇ ਜੀ। ਜੇ ਸੁਖਦੀਪ ਦਾ ਟਾਰਗੇਟ ਪੁੱਛਿਆ ਜਾਵੇ, ਇੱਕ ਟਾਰਗੇਟ ਨਿਰਧਾਰਿਤ ਕੀਤਾ ਹੁੰਦਾ ਹਰੇਕ ਖਿਡਾਰੀ ਨੇ ਵੀ ਘੱਟੋ ਘੱਟ ਇੱਥੋਂ ਤੱਕ ਤਾਂ ਮੈਂ ਜਾਣਾ ਹੀ ਹਾਂ। ਹਾਂਜੀ, ਸੁਖਦੀਪ ਦਾ ਟਾਰਗੇਟ ਕੀ? ਸੁਖਦੀਪ ਦਾ ਟਾਰਗੇਟ ਹੈ ਜੀ ਆਪਣਾ WBC ਬੈਲਟ, ਜਿਵੇਂ ਤੁਸੀਂ ਦੇਖਦੇ ਹੋ ਫਲੋਇਡ ਮੇਵੈਦਰ ਆ ਜੀ, ਆਪਣਾ ਐਂਥਨੀ ਜੋਸ਼ੁਆ ਹੋ ਗਿਆ, ਇਹਨਾਂ ਕੋਲ ਬੈਲਟਾਂ ਜੀ, ਅਤੇ ਮੈਂ ਚਾਹੁੰਦਾ ਮੈਂ ਵੀ ਉਹਨਾਂ ਦੇ ਜਿਹੜੇ ਉਹਨਾਂ ਦੇ ਸਥਾਨ 'ਤੇ ਪਹੁੰਚਾਂ ਮੈਂ, ਅਤੇ ਲੋਕ ਮੈਨੂੰ ਉਹਨਾਂ ਉਹਨਾਂ ਪਿਆਰ ਦੇਣ, ਮੈਨੂੰ ਦੇਖਣ ਉਹਨਾਂ, ਅਤੇ ਮੇਰੇ ਕੋਲ ਉਹ ਬੈਲਟਾਂ ਹੋਣ ਜਿਹੜੀਆਂ ਉਹ ਆਪਣੇ ਪਾ ਕੇ ਰੱਖਦੇ ਆ, ਤਾਂ ਜਿਵੇਂ ਉਹ ਮੇਰਾ ਨਿਸ਼ਾਨਾ ਜੀ। ਬਿਲਕੁਲ, ਹੁਣ ਜਦੋਂ ਅਸੀਂ ਗੱਲ ਕਰਦੇ, ਜੇ ਅਸੀਂ ਬੋਕਸਿੰਗ ਦੀ ਗੱਲ ਕਰਦੇ ਹਾਂ, ਮੁੱਕੇਬਾਜ਼ੀ ਦੀ ਗੱਲ ਕਰਦੇ ਹਾਂ, ਜੇ ਅਸੀਂ ਭਾਰਤ ਦੇ ਵਿੱਚ ਸੂਬਿਆਂ ਦੀ ਗੱਲ ਕਰੀਏ, ਤਾਂ ਹੁਣ ਤੱਕ ਹਰਿਆਣੇ ਨੂੰ ਸਮਝਿਆ ਜਾਂਦਾ ਹੈ ਕਿ ਹਰਿਆਣੇ ਨੇ ਸਭ ਤੋਂ ਵੱਧ ਮੁੱਕੇਬਾਜ਼ ਜਿਹੜੇ ਪੈਦਾ ਕੀਤੇ ਆ, ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਨਾਮਨਾ ਵੀ ਖੱਟਿਆ ਅਤੇ ਦੇਸ਼ ਦਾ ਨਾਮ ਵੀ ਬਣਾਇਆ। ਹਾਂਜੀ, ਪੰਜਾਬ ਤੋਂ ਮੁੱਕੇਬਾਜ਼ੀ ਦੇ ਵਿੱਚ ਇੰਨੇ ਵੱਡੇ ਨਾਂ ਹਜੇ ਤੱਕ ਸਾਹਮਣੇ ਨਹੀਂ ਆਏ। ਹਾਂਜੀ, ਇਹਦਾ ਕੀ ਕਾਰਨ ਸਮਝਦੇ ਹੋ? ਅਤੇ ਅੱਜ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਅੱਜ ਪੰਜਾਬ ਕਿੱਥੇ ਖੜ੍ਹਾ? ਤਕਰੀਬਨ 5 ਸਾਲਾਂ ਤੋਂ ਪੰਜਾਬ ਡਾਊਨ ਹੋ ਗਿਆ ਸੀ। ਇਦੋਂ ਪਹਿਲਾਂ ਹਰ ਇੱਕ ਗੇਮ 'ਚ ਆਪਣੇ ਪੰਜਾਬ ਨੂੰ ਪੰਜਾਬ ਆਪਣੀ ਹਰ ਇੱਕ ਗੇਮ ਨੂੰ ਡੋਮੀਨੇਟ ਕਰਦਾ ਸੀ। ਅਸੀਂ ਜਦੋਂ ਖੇਡਣ ਜਾਂਦੇ ਹਾਂ ਤਾਂ ਗੱਲਾਂ ਕਰਦੇ ਹਾਂ, ਪੰਜਾਬ ਤਾਂ ਵੀ ਪਹਿਲਾਂ ਬਹੁਤ ਸੀ, ਫੁੱਟਬਾਲ 'ਚ ਵੀ ਪੰਜਾਬ ਦੇ ਬਹੁਤ ਵਧੀਆ ਸੀ, ਬੋਕਸਿੰਗ 'ਚ ਵੀ ਬਹੁਤ ਵਧੀਆ, ਫਿਰ ਹੌਲੀ ਨਾਲ ਇਹਨਾਂ ਦਾ ਗ੍ਰਾਫ ਡਾਊਨ ਹੋ ਗਿਆ ਪੰਜਾਬ ਦਾ, ਪਰ ਹੌਲੀ ਹੌਲੀ ਹੁਣ ਥੋੜ੍ਹਾ ਪੱਧਰ ਉੱਪਰ ਹੋ ਰਿਹਾ, ਕਿਉਂਕਿ ਜਿਹੜੀ ਆਪਣੀ ਸਰਕਾਰ ਥੋੜ੍ਹੀ ਇਹਨਾਂ ਤੋਂ ਜਿਵੇਂ ਆਪਣਾ ਧਿਆਨ ਹਟ ਗਿਆ ਸੀ ਸਪੋਰਟਸ ਵੱਲੋਂ,
ਤੇ ਹਟ ਗਏ ਹੁਣ ਥੋੜਾ ਜਿਹਾ ਧਿਆਨ ਜਦੋਂ ਫੇਰ ਹੋਣ ਲੱਗ ਗਿਆ ਤੇ ਹੁਣ ਮੈਨੂੰ ਲੱਗ ਰਿਹਾ ਇੰਪਰੂਵਮੈਂਟ ਹੋ ਰਹੀ ਹੈ ਜੀ। ਬਹੁਤ ਸਾਰੇ ਖਿਡਾਰੀ ਅਸੀਂ ਦੇਖਦੇ ਹਾਂ ਕਿ ਚੰਗੇ ਚੰਗੇ ਖਿਡਾਰੀ ਜਿਹੜੇ ਬਹੁਤ ਚੰਗਾ ਨਾਮ ਨਾਲ ਖੱਟ ਸਕਦੇ ਸੀ, ਅੰਤਰਰਾਸ਼ਟਰੀ ਪੱਧਰ ਤੱਕ ਵੀ ਜਾ ਸਕਦੇ ਸੀ, ਪਰ ਸਹੂਲਤਾਂ ਪੱਖੋਂ ਖਿਡਾਰੀ ਰਹਿ ਜਾਂਦੇ ਆ ਅਤੇ ਅੱਗੇ ਨਹੀਂ ਵੱਧ ਪਾਉਂਦੇ। ਜ਼ਿਆਦਾਤਰ ਖਿਡਾਰੀਆਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਰਕਾਰੀ ਨੌਕਰੀ ਤੱਕ ਉਹਨਾਂ ਦਾ ਨਿਸ਼ਾਨਾ ਹੁੰਦਾ। ਤੁਸੀਂ ਆਖਿਆ ਤੁਸੀਂ ਅੰਤਰਰਾਸ਼ਟਰੀ ਪੱਧਰ 'ਤੇ ਨਾਂ ਬਣਾਉਣਾ ਚਾਹੁੰਦੇ ਹੋ। ਸਾਡੇ ਆ ਜਿਹੜੀ ਮੰਦਭਾਗੀ ਗੱਲ ਹੈ, ਜੇ ਅਸੀਂ ਭਾਰਤ ਦੇ ਵਿੱਚ ਗੱਲ ਕਰੀਏ ਤਾਂ ਹਰੇਕ ਖਿਡਾਰੀ ਦੀ ਸਰਕਾਰੀ ਨੌਕਰੀ ਤੱਕ ਹੀ ਉਹਦਾ ਨਿਸ਼ਾਨਾ ਹੁੰਦਾ। ਜਦੋਂ ਸਰਕਾਰੀ ਨੌਕਰੀ ਮਿਲ ਗਈ ਉਸ ਤੋਂ ਬਾਅਦ ਜ਼ਿਆਦਾਤਰ ਖਿਡਾਰੀਆਂ ਨੂੰ ਤੁਸੀਂ ਨਹੀਂ ਦੇਖਦੇ ਕਿ ਉਸ ਤੋਂ ਅੱਗੇ ਉਹਨਾਂ ਦੀ ਗੇਮ ਬਹੁਤ ਵਧੀਆ ਤਰੀਕੇ ਨਾਲ ਜਾਰੀ ਰਹੀ ਹੋਵੇ। ਤੁਹਾਨੂੰ ਇਹਨਾਂ ਇਸ ਤਰ੍ਹਾਂ ਕੋਈ ਸਹੂਲਤਾਂ ਦੀ ਘਾਟ ਮਹਿਸੂਸ ਹੋਈ ਹੈ ਜਾਂ ਅੱਜ ਤੱਕ ਲੱਗਿਆ ਕਿ ਹਾਂ ਮੈਨੂੰ ਇਹ ਸਹੂਲਤਾਂ ਹੁੰਦੀਆਂ ਅਤੇ ਮੈਂ ਅਜੇ ਹੋਰ ਬੈਟਰ ਕਰ ਸਕਦਾ? ਨਹੀਂ, ਜਦੋਂ ਤੁਸੀਂ ਦਿਲੋਂ ਮਿਹਨਤ ਕਰਦੇ ਹਾਂ ਤਾਂ ਤੁਹਾਨੂੰ ਔਫਰਾਂ ਵੀ ਬਹੁਤ ਆਉਂਦੀਆਂ ਜੀ। ਅੱਛਾ ਜੀ। ਅਤੇ ਇੱਦਾਂ ਨਹੀਂ, ਆਪਣੇ ਜਿਹੜੇ ਪੰਜਾਬ ਦੇ ਜਿਹੜੇ ਕਈ ਆਪਣੇ ਹੁਣ ਸੋਚ ਬਣ ਗਈ ਆ ਵੀ ਈਜ਼ੀ ਮਿਲ ਜਾਵੇ ਸਾਰਾ ਕੁਛ, ਮਿਹਨਤ ਨਾ ਕਰਨੀ ਪਵੇ। ਹੁਣ ਦੀ ਜਿਹੜੀ ਸੋਚ ਬਣੀ ਆ, ਪਰ ਆਪਾਂ ਨੂੰ ਮਿਹਨਤ ਹੋਰ ਜ਼ਿਆਦਾ ਕਰਨੀ ਪਈ। ਜਦੋਂ ਆਪਾਂ ਮਿਹਨਤ ਕਰਾਂਗੇ ਤਾਂ ਆਪਣੇ ਕੋਲ ਅਪਰਚੁਨਿਟੀ ਵੀ ਆਉਣਗੀਆਂ, ਆਪਣੇ ਕੋਲ ਸਹੂਲਤਾਂ ਵੀ ਆਉਣਗੀਆਂ, ਲੋਕ ਆਪਣੀ ਬਾਂਹ ਫੜਨਗੇ ਜੀ। ਤਾਂ ਆਪਾਂ, ਮੈਂ ਹਾਰਡਵਰਕ 'ਚ ਬਿਲੀਵ ਕਰਦਾ, ਕਿਉਂਕਿ ਜਦੋਂ ਮਿਹਨਤ ਕਰਦੇ ਹਾਂ ਤਾਂ ਰੱਬ ਵੀ ਤੁਹਾਡਾ ਸਾਥ ਦਿੰਦਾ ਜੀ। ਠੀਕ, ਕਿਉਂਕਿ ਜੇ ਬਾਕੀ ਖੇਡਾਂ ਦੇ ਮੁਕਾਬਲੇ ਅਸੀਂ ਗੱਲ ਕੀਤੀ ਜਾਵੇ ਤਾਂ ਮੁੱਕੇਬਾਜ਼ ਦੀ ਖੇਡ ਜਿਹੜੀ ਹੈ, ਕਿਉਂਕਿ ਹਰੇਕ ਗੇਮ ਦੀ ਟ੍ਰੇਨਿੰਗ ਵਾਸਤੇ ਵੀ ਪੈਸੇ ਚਾਹੀਦੇ ਹੁੰਦੇ ਆ, ਹਰੇਕ ਚੀਜ਼ ਵਾਸਤੇ ਪੈਸੇ ਚਾਹੀਦੇ ਹੁੰਦੇ ਆ, ਇਹ ਗੇਮ ਕਿੰਨੀ ਕੁ ਮਹਿੰਗੀ, ਕਿੰਨੇ ਕੁ ਪੈਸੇ ਲੱਗਦੇ, ਕਿੰਨੀ ਕੁ ਜ਼ਰੂਰਤ ਪੈਂਦੀ ਹੈ, ਕਿ ਸਰਮਾਇਆ ਚਾਹੀਦਾ ਹੁੰਦਾ ਜ਼ਿਆਦਾ? ਇਹ ਜਦੋਂ ਜੀ ਆਪਣਾ ਗਰਾਊਂਡ ਲੈਵਲ ਤੋਂ ਸਟਾਰਟ ਕਰਦੇ ਹਾਂ ਜੀ, ਤਾਂ ਇਹਦੇ 'ਚ ਇੰਨੀ ਜਿਵੇਂ ਲੋੜ ਨਹੀਂ ਪੈਂਦੀ ਜੀ ਖੁਰਾਕ ਵਗੈਰਾ ਦੀ। ਪਰ ਜਦੋਂ ਹੌਲੀ ਹੌਲੀ ਜਦੋਂ ਆਪਾਂ ਫਿਰ ਜਦੋਂ ਇੰਟਰਨੈਸ਼ਨਲ ਲੈਵਲ 'ਤੇ ਪਹੁੰਚ ਜਾਂਦੇ ਹਾਂ, ਫਿਰ ਉਹਨੂੰ ਆਪਣੀ ਡਾਇਟ ਦਾ ਵੀ ਖਿਆਲ ਰੱਖਣਾ ਪੈਂਦਾ, ਆਪਣੇ ਵੇਟ ਦਾ ਖਿਆਲ ਰੱਖਣਾ ਪੈਂਦਾ। ਤਾਂ ਜੇ ਆਪਾਂ ਜਦੋਂ ਗਰਾਊਂਡ ਲੈਵਲ ਤੋਂ ਸਟਾਰਟ ਕਰਨੀ ਆ ਤਾਂ ਇਹਦੇ ਲਈ ਇੰਨਾ ਮੈਨੂੰ ਲੋੜ ਨਹੀਂ ਪੈਂਦੀ ਫਾਈਨੈਂਸ਼ੀਅਲੀ। ਫਿਰ ਜਦੋਂ ਆਪਾਂ ਲੈਵਲ 'ਤੇ ਪਹੁੰਚ ਜਾਂਦੇ ਹਾਂ ਕਿਸੇ 'ਤੇ, ਫਿਰ ਉਹ ਆਪਾਂ ਨੂੰ ਫਿਰ ਆਪਣੇ ਕੋਲ ਜਿਵੇਂ ਸਰਕਾਰ ਆ ਜਾਂਦੀ ਹੈ, ਜਿਹੜੀ ਆਪਣੀ ਗਵਰਨਮੈਂਟ ਆ ਜਾਂਦੀ ਆ, ਜਦੋਂ ਆਪਾਂ ਟੀਮ 'ਚ ਆ ਜਾਂਦੇ ਹਾਂ ਫਿਰ ਉਹਨਾਂ ਕੋਲ ਪਲੈਨਿੰਗ ਹੁੰਦੀ ਆ ਵੀ ਤੁਸੀਂ ਆਹ ਖਾਣਾ, ਆਹ ਟ੍ਰੇਨਿੰਗ ਕਰਨੀ ਆ। ਫਿਰ ਜੇ ਤੁਸੀਂ ਕਿਸੇ ਲੈਵਲ 'ਤੇ ਹੁੰਦੇ ਨਾ ਜੀ, ਅਤੇ ਉਦੋਂ ਤੁਹਾਨੂੰ ਸਹੂਲਤਾਂ ਮਿਲਣ ਲੱਗ ਜਾਂਦੀਆਂ ਜੀ। ਇਸ ਵਕਤ ਤੁਸੀਂ ਟੋਰਾਂਟੋ ਦੇ ਵਿੱਚ, ਜਿਹੜੀ ਤੁਸੀਂ ਤੁਹਾਡੀ 17 ਮਾਰਚ ਨੂੰ ਜਿਹੜੀ ਫਾਈਟ ਹੋਣ ਜਾ ਰਹੀ ਹਰਸ਼ੀ ਸੈਂਟਰ ਦੇ ਵਿੱਚ, ਯੂਨਾਈਟਿਡ ਪ੍ਰਮੋਸ਼ਨ ਵੱਲੋਂ ਸੇਂਟ ਪੈਟ੍ਰਿਕ ਡੇ ਦੇ ਉੱਪਰ ਇੱਕ ਖਾਸ ਫਾਈਟ ਜਿਹੜੀ ਕਰਵਾਈ ਜਾ ਰਹੀ ਹੈ, ਉਹਦੇ ਬਾਰੇ ਜਾਣਕਾਰੀ ਦਿਓ ਤਾਂ ਕਿ ਸਾਡੇ ਭਾਈਚਾਰੇ ਦੇ ਲੋਕ ਜਿਹੜੇ ਆ ਉਹ ਵੀ ਤੁਹਾਡੀ ਉਹ ਫਾਈਟ ਦੇਖਣ ਲਈ ਪਹੁੰਚ ਸਕਣ। ਹਾਂਜੀ, ਮੇਰੀ ਇਹ ਜਿਹੜੀ ਫਾਈਟ ਹੋ ਰਹੀ ਆ 17 ਮਾਰਚ ਨੂੰ ਹਰਸੀ ਸੈਂਟਰ ਹੋ ਰਹੀ ਹੈ ਜੀ, ਸੇਂਟ ਪੈਟ੍ਰਿਕ ਡੇ 'ਤੇ ਹੋ ਰਹੀ ਹੈ ਜੀ। ਇਹਦੇ 'ਚ ਤਕਰੀਬਨ 7 ਫਾਈਟਾਂ ਹੋਣਗੀਆਂ। ਆਪਣੇ ਜਿਹੜੇ ਕੈਨੇਡਾ ਦੇ ਟੌਪ ਦੇ ਜਿਹੜੇ ਆਇਰਿਸ਼ ਬਾਕਸਰ ਆ ਉਹ ਫਾਈਟ ਕਰ ਰਹੇ ਆ, ਅਤੇ ਮੇਰੀ ਇਹਦੇ 'ਚ ਕੋ ਮੇਨ ਇਵੈਂਟ ਫਾਈਟ ਹੋਊਗੀ, 4 ਰਾਊਂਡ ਦੀ ਫਾਈਟ ਹੋਊਗੀ। ਅਤੇ ਆਪਣੇ ਮੈਕਸੀਕੋ ਦਾ ਮੁੰਡਾ ਜਿਹਦੇ ਨਾਲ ਮੇਰੀ ਫਾਈਟ ਹੋ ਰਹੀ ਆ, ਉਹਦੀਆਂ ਪਹਿਲਾਂ 3 ਫਾਈਟਾਂ ਹੋ ਚੁੱਕੀਆਂ, 2 ਜਿੱਤਿਆ 1 ਹਾਰਿਆ, ਤਾਂ ਮੇਰੀ ਇਹ ਪ੍ਰੋਫੈਸ਼ਨਲ ਡੇਬਿਊਟ ਫਾਈਟ ਆ। ਇੱਕ ਫਾਈਟ ਮੇਰੀ ਜਿਹੜੀ ਹੈ ਆਪਾਂ ਮੈਕਸੀਕੋ ਨਾਲ 4 ਰਾਊਂਡ ਦੀ ਫਾਈਟ ਆ। ਅਤੇ ਜੇ ਤੁਸੀਂ ਟਿਕਟ ਬਾਏ ਕਰਨਾ ਚਾਹੁੰਦੇ ਆ ਤਾਂ ticketmaster.ca 'ਤੇ ਜਾ ਕੇ ਤੁਸੀਂ ਜਦੋਂ ਟਿਕਟ ਬਾਏ ਕਰੋਗੇ ਤਾਂ ਪ੍ਰੋਮੋ ਕੋਡ ਚੱਕਰ ਲੈ ਕੇ CHAKAR ਇਹ ਭਰ ਕੇ ਤੁਸੀਂ ਟਿਕਟ ਬਾਏ ਕਰ ਸਕਦੇ ਹਾਂ। ਜਦੋਂ ਤੁਸੀਂ ਪ੍ਰੋਮੋ ਕੋਡ ਭਰੋਗੇ ਤਾਂ ਤੁਹਾਨੂੰ ਡਿਸਕਾਊਂਟ ਵੀ ਮਿਲੂਗਾ ਜੀ। ਅੱਛਾ ਜੀ, ਇਸ ਤੋਂ ਇਲਾਵਾ ਕਿਉਂਕਿ ਸਾਡੇ ਭਾਈਚਾਰੇ ਦੀ ਹਮੇਸ਼ਾ ਇਹ ਖਾਸੀਅਤ ਰਹੀ ਹੈ ਕਿ ਆਪਣੇ ਖਿਡਾਰੀਆਂ ਨੂੰ ਅੱਗੇ ਵਧਾਉਣ ਲਈ, ਆਪਣੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਵਾਸਤੇ ਵੱਧ ਚੜ੍ਹ ਕੇ ਅੱਗੇ ਆਉਂਦੇ ਨੇ, ਅਤੇ ਪ੍ਰਾਈਮੇਸ਼ਰ ਟੀਮ ਵੱਲੋਂ ਵੀ ਇਹ ਗੁਜ਼ਾਰਿਸ਼ ਹੈ ਕਿ ਆਪਣੇ ਇਸ ਖਿਡਾਰੀ ਦੀ ਹੌਸਲਾ ਅਫਜ਼ਾਈ ਵਾਸਤੇ ਵੱਧ ਤੋਂ ਵੱਧ ਪਹੁੰਚੋ। ਜੇ ਤੁਹਾਨੂੰ ਜ਼ਰੂਰਤ ਹੈ ਕਿਸ ਤਰ੍ਹਾਂ ਦੀ ਜਾਣਕਾਰੀ ਲੈਣੀ ਇਸ ਫਾਈਟ ਬਾਰੇ ਤਾਂ ਤੁਸੀਂ ਦਿਲਬਾਗ ਸਿੰਘ ਹੋਣਾ ਨਾਲ ਗੱਲ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 416-655-6043, 416-655-6043। ਹੁਣ ਇੱਥੋਂ ਤੱਕ ਦਾ ਸਫ਼ਰ, ਜਿਹੜਾ ਇਸ ਫਾਈਟ ਤੱਕ ਆਉਣ ਦਾ ਸਫ਼ਰ, ਇਹਨੂੰ ਕਿਵੇਂ ਦੇਖਦੇ ਹੋ ਅੱਜ ਤੱਕ ਤੁਸੀਂ ਵੀ? ਹਾਂ, ਇੱਕ ਮੁਕਾਮ ਤੁਸੀਂ ਪ੍ਰਾਪਤ ਕਰ ਲਿਆ ਕਿ ਹਾਂ ਤੁਹਾਨੂੰ ਹੁਣ ਸੱਦੇ ਮਿਲਣ ਲੱਗ ਗਏ ਕਿ ਆ ਜਾਓ ਇਸ ਫਾਈਟ ਦੇ ਵਿੱਚ। ਇਹ ਜਦੋਂ ਮੈਂ ਸਟਾਰਟਿੰਗ ਕੀਤੀ ਸੀ ਤਾਂ ਆਪਣਾ ਜਿਹੜਾ ਬੇਸ ਆਪਣਾ ਜਿਹੜਾ ਪੰਜਾਬ ਦੀ ਧਰਤੀ ਦਾ, ਆਪਣੇ ਜਿਹੜੇ ਆਪਣੇ ਸਿੱਖ ਕੌਮ ਆ ਜਿਹੜੀ, ਉਹ ਆਪਣਾ ਫਾਈਟਰ ਆ, ਉਹ ਵਾਰੀਅਰ ਆ, ਉਹ ਅਤੇ ਉਹ ਫਾਈਟ ਕਰਨਾ ਚਾਹੁੰਦੇ ਆ, ਉਹ ਜਿਵੇਂ ਉਹ ਹੱਕਾਂ ਲਈ ਲੜਦੇ ਆ, ਤਾਂ ਉਹ ਜਿਹੜੀ ਉਹ ਐਨਰਜੀ ਆ ਤਾਂ ਉਹ ਜਿਹੜੇ ਸਾਡੇ ਪਿੰਡ ਨੇ ਉਹ ਕਨਵਰਟ ਕਰਕੇ ਬੋਕਸਿੰਗ ਵੱਲ ਲਿਆਉਂਦੀ ਜੀ। ਤਾਂ ਜਦੋਂ ਬੋਕਸਿੰਗ ਵੱਲ ਲਿਆਉਂਦੀ ਤਾਂ ਜਿਵੇਂ ਤੁਸੀਂ ਦੇਖਦੇ ਆ ਸਾਡੇ ਪਿੰਡ ਦੀ ਕੁੜੀ ਆਪਣੀ ਵਰਲਡ ਚੈਂਪੀਅਨ ਬਣੀ ਆ ਜੀ, ਤਾਂ ਇੱਕ ਕੁੜੀ ਆਪਣਾ ਤੀਜਾ ਨੰਬਰ ਆਇਆ ਵਿਸ਼ਵ 'ਚੋਂ ਜੀ। ਉਸ ਕੁੜੀ ਦਾ ਪੂਰਾ ਜ਼ਿਕਰ ਕਰੋ ਜੀ, ਉਹ ਕੁੜੀ ਦਾ ਨਾਂ ਸਰ? ਹਾਂਜੀ, ਉਹ ਕੁੜੀ ਦਾ ਨਾਮ ਮਨਦੀਪ ਕੌਰ ਸੰਧੂ ਆ ਜੀ, ਅਤੇ ਉਹ ਆਪਣੀ ਉਹ ਵਿਸ਼ਵ ਕੱਪ ਗਈ ਸੀ ਖੇਡਣ ਜੀ, ਆਪਣੀ ਚੈਂਪੀਅਨਸ਼ਿਪ 2015 ਜੀ, ਅਤੇ ਉੱਥੇ ਉਹਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜੀ। ਸ਼ਾਇਦ ਆਪਣੇ ਜਿਵੇਂ ਉਹਨੂੰ ਜ਼ਿਆਦਾ ਇੰਡੀਆ ਨੇ ਇੰਨਾ ਪ੍ਰਮੋਟ ਨਹੀਂ ਕੀਤਾ, ਪਰ ਹਰਿਆਣੇ ਨੇ ਜ਼ਿਆਦਾ ਆਪਦੀਆਂ ਕੁੜੀਆਂ ਨੂੰ ਪ੍ਰਮੋਟ ਕੀਤਾ, ਤਾਂ ਉਹ ਕੁੜੀ ਨੇ ਇੰਡੀਆ ਲਈ ਮੈਡਲ ਲੈ ਕੇ ਆਉਂਦਾ ਜੂਨੀਅਰ ਵਿਸ਼ਵ ਕੱਪ ਚੈਂਪੀਅਨਸ਼ਿਪ 'ਚੋਂ। ਇੱਕ ਇਹ ਬੜੀ ਸਾਡੀ ਮੰਦਭਾਗੀ ਗੱਲ ਹੈ, ਤ੍ਰਾਸਦੀ ਹੈ ਸਾਡੀ ਇੱਕ ਤਰੀਕੇ ਨਾਲ, ਕਿ ਜਦੋਂ ਇੰਨੇ ਚੰਗੇ ਖਿਡਾਰੀ ਸਾਡੇ ਕੋਲ ਮੌਜੂਦ ਹੋਣ ਅਤੇ ਸਿਰਫ ਇਸ ਕਰਕੇ ਕਿ ਕਈ ਵਾਰ ਸਰਕਾਰੀ ਬੇਰੁਖੀ ਦਾ ਸ਼ਿਕਾਰ ਹੋ ਜਾਂਦੇ ਆ, ਕਈ ਵਾਰ ਜਿਵੇਂ ਅਸੀਂ ਪਹਿਲਾਂ ਗੱਲ ਕਰ ਰਹੇ ਸੀ
ਸਹੂਲਤਾਂ ਤੋਂ ਸੱਖਣੇ ਰਹਿ ਜਾਂਦੇ ਆ ਤੇ ਉਹਨਾਂ ਦੀ ਗੇਮ ਛੁੱਟ ਜਾਂਦੀ ਹੈ। ਹੁਣ ਜੇ ਮੈਂ ਗੱਲ ਕਰਾਂ ਤੁਹਾਡੇ ਪਿੰਡ ਦੀ ਗੱਲ ਕਰਾਂ, ਚੱਕਰ ਪਿੰਡ ਦੀ ਗੱਲ ਕਰਾਂ, ਉੱਥੋਂ ਇਹ ਜਿਹੜਾ ਸਾਰਾ ਇਹ ਨਿਜ਼ਾਮ ਤਿਆਰ ਕੀਤਾ ਗਿਆ ਕਿ ਖਿਡਾਰੀ ਪੈਦਾ ਕੀਤੇ ਜਾਣ, ਉਹਦੇ ਪਿੱਛੇ ਸੋਚ ਕਿਹਦੀ ਕੰਮ ਕੀਤੀ ਸਾਰੇ ਪਿੰਡ ਵਾਸੀਆਂ ਦੀ, ਜਾਂ ਕੋਈ ਖਾਸ ਨਾਂ ਜਿਹੜੇ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਸਾਡੇ ਦਰਸ਼ਕਾਂ ਦੇ ਨਾਲ? ਉਹਦੇ ਪਿੱਛੇ ਹੀ ਸਾਰੇ ਪਿੰਡ ਦੀ ਸੋਚ ਜੀ, ਸਾਡਾ ਸਿੱਧੂ ਪਰਿਵਾਰ ਜੀ, ਸਰਦਾਰ ਬਲਦੇਵ ਸਿੰਘ ਸਿੱਧੂ, ਸਰਦਾਰ ਅਜਮੇਰ ਸਿੰਘ ਸਿੱਧੂ, ਉਹਨਾਂ ਦੀ ਸੋਚ, ਇਸ ਨਾਲ ਸਾਰਿਆਂ ਨੇ ਇਕੱਠੇ ਮਿਲ ਕੇ ਜਿਹੜੀ ਉਹਦੇ ਪਿੱਛੇ ਟੀਮ ਕੰਮ ਕਰਦੀ ਆ। ਇਹ ਟੀਮ ਬਹੁਤ ਲੰਬੀ ਆ, ਮੈਂ ਜੇ ਨਾਂ ਲੈਣ ਲੱਗ ਗਿਆ ਤਾਂ ਕਾਫੀ ਲੰਬਾ ਹੋ ਜੂਗਾ। ਤਾਂ ਜਿਹੜੀ ਟੀਮ ਆ, ਜਿਹੜੀ ਪਰਿਵਾਰ ਦੀ ਤਰ੍ਹਾਂ ਸਾਰੇ ਕੰਮ ਕਰਦੇ ਆ ਪਿੰਡ ਦੇ ਇਕੱਠੇ ਹੋ ਕੇ, ਅਤੇ ਪਿੰਡ ਦੇ ਜਿਹੜੇ ਇਕੱਠੇ ਹੋ ਕੇ ਪਿੰਡ ਦਾ ਕੰਮ ਕਰਦੇ ਆ, ਸੀਵਰ ਸਿਸਟਮ ਦਾ ਕੰਮ ਕਰਦੇ ਆ, ਅਤੇ ਫਿਰ ਅਕੈਡਮੀ ਲਾਉਂਦੇ ਆ। ਤਾਂ ਇੱਦਾਂ ਇਹ ਆਪਣਾ ਪਰਿਵਾਰ ਦੀ ਤਰ੍ਹਾਂ ਕੰਮ ਚਲਾ ਰਹੇ ਜੀ ਪਿੰਡ ਦਾ ਜੀ। ਹੁਣ ਕੁੱਲ ਮਿਲਾ ਕੇ ਜੇ ਚੱਕਰ ਪਿੰਡ ਦੇ ਵਿੱਚ ਜਿਹੜੇ ਖਿਡਾਰੀਆਂ ਦੀ ਅਸੀਂ ਗੱਲ ਕੀਤੀ ਜਾਵੇ, ਕਿੰਨੇ ਖਿਡਾਰੀ, ਖਾਸ ਕਰਕੇ ਜੇ ਮੁੱਕੇਬਾਜ਼ ਦੇ ਵਿੱਚ ਕਿੰਨੇ ਨਵੇਂ ਖਿਡਾਰੀ ਜਿਹੜੇ ਇਸ ਟ੍ਰੇਨਿੰਗ ਲੈ ਰਹੇ ਸੋ? ਇਸ ਟਾਈਮ ਜਦੋਂ ਆਪਾਂ ਤੁਸੀਂ ਜਾਓਗੇ ਪਿੰਡ ਚੱਕਰ, ਤਾਂ 250 ਦੇ ਕਰੀਬ ਬੱਚਾ ਉੱਥੇ ਟ੍ਰੇਨਿੰਗ ਕਰਦਾ ਨਜ਼ਰ ਆਊਗਾ ਤੁਹਾਨੂੰ ਜੀ। 60 ਬਾਕਸਰ ਹੋਣਗੇ ਅਤੇ 200 ਦੇ ਕਰੀਬ, ਅਰਾਊਂਡ 200 ਦੇ ਕਰੀਬ ਆਪਣੇ ਸੌਕਰ ਦੇ ਹੋਣਗੇ ਜੀ ਉੱਥੇ ਟ੍ਰੇਨਿੰਗ ਕਰਦੇ ਜੀ। ਅਤੇ ਮੁੰਡੇ ਕੁੜੀਆਂ ਛੋਟੇ ਆਪਣੇ 8-9 ਸਾਲ ਤੋਂ ਲੈ ਕੇ 17-18 ਸਾਲ ਤੱਕ ਦੇ ਮੁੰਡੇ ਇੱਥੇ ਬਾਕਸਿੰਗ ਦੀ ਟ੍ਰੇਨਿੰਗ ਕਰਦੇ ਆ। ਇੱਦਾਂ ਹੀ ਸੌਕਰ ਦੇ, ਫੁੱਟਬਾਲ ਦੇ ਬਣਾਏ ਹੋਏ ਆ, 3 ਬਣਾਏ ਹੋਏ ਆ, ਯੂਨਿਟ ਬਣਾਏ ਹੋਏ ਉਹਨਾਂ ਦੇ, ਅੰਡਰ 14, ਅੰਡਰ 17 ਅਤੇ ਓਪਨ ਵਾਲੇ ਜੀ। ਅਤੇ ਕਾਫੀ ਵਧੀਆ, ਤੁਸੀਂ ਜਦੋਂ ਪਿੰਡ ਆਓਗੇ ਤੁਹਾਨੂੰ ਕਾਫੀ ਵਧੀਆ ਲੱਗੂਗਾ, ਅਤੇ ਪਿੰਡ ਦੇ ਵਿੱਚ ਦੀ ਇਹਨਾਂ ਤੁਹਾਨੂੰ ਡਿਫਰੈਂਟ ਐਨਰਜੀ ਪ੍ਰਾਪਤ ਹੋਊਗੀ ਜੀ। ਅਤੇ ਇਹ ਜਿਹੜੇ ਸਾਰੇ ਬੱਚੇ ਨੇ, ਇਹ ਆਸ ਪਾਸ ਦੇ ਪਿੰਡਾਂ ਤੋਂ ਵੀ ਹੈ ਜਾਂ ਜ਼ਿਆਦਾ ਤਾਂ ਸਾਡੇ ਪਿੰਡ ਦੇ ਆ ਜੀ? ਇੱਕੋ ਪਿੰਡ ਦੇ? ਹਾਂਜੀ, ਅਤੇ ਆਸੇ ਪਾਸੇ ਪਿੰਡਾਂ ਦੇ ਵੀ ਆ ਜਾਂਦੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਸਾਨੂੰ ਜਾਣਾ ਚਾਹੀਦਾ, ਤਾਂ ਉਹ ਫਿਰ ਆਉਂਦੇ ਆ, ਸਾਈਕਲ 'ਤੇ ਆਉਂਦੇ ਆ, ਜਾਂ ਉਹਦੇ ਮਾਮਾ ਦੇ ਮਾਪੇ ਛੱਡ ਕੇ ਆਉਂਦੇ ਆ। ਤਾਂ ਹੌਲੀ ਹੌਲੀ ਜਿਹੜੇ ਨਾਲ ਦੇ ਪਿੰਡਾਂ ਨੂੰ ਵੀ, ਜਦੋਂ ਸਾਡੇ ਪਿੰਡ ਸੀਵਰ ਸਿਸਟਮ ਦਾ ਹੋਇਆ ਤਾਂ ਨਾਲ ਦੇ ਪਿੰਡਾਂ ਨੂੰ ਵੀ ਕਾਫੀ ਉਹਨਾਂ ਨੂੰ ਲੱਗਿਆ ਵੀ ਸਾਨੂੰ ਵੀ ਕਰਨਾ ਚਾਹੀਦਾ, ਅਤੇ ਉਹਨਾਂ ਦੇ ਜਿਹੜੇ ਉੱਥੋਂ ਦੇ NRI ਆ, ਉਹਨਾਂ ਨੇ ਵੀ ਜਿਵੇਂ ਟਰਾਈ ਕੀਤਾ ਵੀ ਅਸੀਂ ਵੀ ਸੀਵਰ ਸਿਸਟਮ ਪਾਈਏ, ਸਾਫ਼ ਰੱਖੀਏ ਪਿੰਡਾਂ ਨੂੰ, ਅਤੇ ਬੱਚਿਆਂ ਨੂੰ ਭੇਜੀਏ ਅਕੈਡਮੀ ਭੇਜੀ, ਜਾਂ ਅਸੀਂ ਆਪਦੇ ਪਿੰਡ ਅਕੈਡਮੀ ਬਣਾਈਏ। ਤਾਂ ਇੱਦਾਂ ਇਹ ਪ੍ਰੋਸੈਸ ਹੌਲੀ ਹੌਲੀ ਚੱਲ, ਸਾਡੇ ਪਿੰਡ ਨੂੰ ਦੇਖ ਕੇ, ਆਪਣੇ ਪਿੰਡ ਨੂੰ ਦੇਖ ਕੇ, ਤਾਂ ਨਾਲ ਦੇ ਪਿੰਡ ਨੂੰ ਵੀ ਕਾਫੀ ਜਿਵੇਂ ਉਹਨਾਂ ਦੀ ਸੋਚ ਬਦਲ ਰਹੀ ਹੈ ਜੀ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਪਾਸੇ ਜਿੱਥੇ ਅਸੀਂ ਸਾਰੇ ਜਾਣੇ ਇਹ ਰੋਣਾ ਰੋ ਰਹੇ ਹਾਂ ਕਿ ਪੰਜਾਬ ਗਰਕ ਹੁੰਦਾ ਜਾ ਰਿਹਾ, ਨਸ਼ਿਆਂ ਦੇ ਵਿੱਚ ਲਗਾਤਾਰ ਨੌਜਵਾਨ ਰੁੜਦੇ ਜਾ ਰਹੇ ਆ, ਉਸ ਤੋਂ ਇਲਾਵਾ ਸਾਡੇ ਬੜੇ ਹੋਣਹਾਰ ਕਲਾਕਾਰ ਵੀ ਇਸ ਵਿੱਚ ਪੂਰਾ ਯੋਗਦਾਨ ਪਾ ਰਹੇ ਆ ਕਿ ਜਿਹੜੇ ਨੌਜਵਾਨ ਹੈ ਉਹ ਕਿਸੇ ਚੀਜ਼ ਤੋਂ ਬਚੇ ਨਾ ਰਹਿ ਜਾਣ, ਕਿਸੇ ਵੀ ਬੁਰਾਈ ਤੋਂ ਬਚੇ ਨਾ ਰਹਿ ਜਾਣ। ਇੱਕੋ ਪਿੰਡ ਦੇ ਵਿੱਚੋਂ ਹੀ ਜਦੋਂ 250 ਬੱਚਾ, ਤੁਸੀਂ ਕਿੰਨੇ ਬੱਚੇ ਹੁੰਦੇ ਹੋਣਗੇ ਇੱਕ ਪਿੰਡ ਦੇ ਵਿੱਚ, 250 ਬੱਚਾ ਸਿਰਫ ਸਟੇਡੀਅਮ ਦੇ ਵਿੱਚ ਹੀ ਨਜ਼ਰ ਆਉਂਦਾ ਹੋਵੇ, ਤਾਂ ਉਸ ਪਿੰਡ ਦਾ ਭਵਿੱਖ ਸਹਿਜੇ ਹੀ ਅਸੀਂ ਅੰਦਾਜ਼ਾ ਲਗਾ ਸਕਦੇ ਕਿੰਨਾ ਸੁਨਹਿਰੀ ਭਵਿੱਖ ਹੋ ਸਕਦਾ ਹੈ ਪਿੰਡ ਦਾ। ਅਤੇ ਬਾਕੀ ਲੋਕ ਵੀ ਇਸ ਤੋਂ ਸਿੱਖਿਆ ਲੈ ਕੇ ਅਤੇ ਆਪਣੇ ਪਿੰਡਾਂ ਨੂੰ ਜੇ ਥੋੜ੍ਹਾ ਥੋੜ੍ਹਾ ਜਿਹਾ ਉਹਦੇ ਉਹੋ ਜਿਹਾ ਬਣਾ ਲੈਣ, ਅਤੇ ਪੰਜਾਬ ਕਾਫੀ ਅੱਗੇ ਜਾ ਸਕਦਾ। ਅਸੀਂ ਵਾਪਸ ਆਉਂਦੇ ਹਾਂ ਹੁਣ ਤੁਹਾਡੀ ਇਸੇ ਫਾਈਟ ਦੇ ਉੱਪਰ ਜਿਹੜੀ ਕਿ 17 ਮਾਰਚ ਨੂੰ ਹੋਣ ਜਾ ਰਹੀ ਹੈ ਹਰਸ਼ੀ ਸੈਂਟਰ ਮਿਸੀਸਾਗਾ ਵਿੱਚ। ਇਹਦੇ ਵਿੱਚ ਜਿੰਨੇ ਵੀ ਉਹ ਦੂਜੇ ਬਾਕਸਰ ਨੇ ਜਾਂ ਜਿਹੜੀ ਜਿਹਦੇ ਨਾਲ ਤੁਹਾਡੀ ਫਾਈਟ ਹੋਣ ਜਾ ਰਹੀ ਹੈ, ਉਹਨੂੰ ਤੁਸੀਂ ਕਿੱਥੇ ਖੜਾ ਵੇਖਦੇ ਹੋ ਆਪਣੇ ਮੁਕਾਬਲੇ? ਇਹ ਤਾਂ ਜੀ ਮੈਂ ਜ਼ਿਆਦਾ ਮੈਂ ਦੇਖਦਾ ਨਹੀਂ ਹੁੰਦਾ ਜੀ, ਇਹ ਤਾਂ ਮੈਂ ਰਿੰਗ 'ਚ ਹੀ ਦੇਖਦਾ ਨਾ ਵੀ ਰਿੰਗ 'ਚ ਜਦੋਂ ਆਇਆ, ਜਦੋਂ ਸਟੈਪ, ਜਦੋਂ ਮੈਂ ਸਟੈਪ ਕਰਦਾ ਰਿੰਗ 'ਚ, ਤਾਂ ਮੇਰੇ ਨਾਲ ਜਿਹੜੇ ਮੇਰੇ ਆਪਣੇ ਗੁਰੂ ਆ, ਆਪਣੇ ਜਿਹੜੇ ਗੁਰੂ ਆ, 10 ਗੁਰੂ ਆ ਆਪਣੇ, ਮੈਨੂੰ ਨਾਂ ਲੈ ਕੇ ਜਾਂਦਾ ਹੁੰਦਾ ਆਪਣੇ ਪਿੰਡ ਦੀ, ਆਪਣੇ ਪੰਜਾਬ ਦੀ ਮੈਂ ਰੂਹ ਨਾਂ ਲੈ ਕੇ ਜਾਂਦਾ ਹੁੰਦਾ। ਤਾਂ ਮੈਂ ਜ਼ਿਆਦਾ ਮੈਂ ਸੋਚਦਾ ਨਹੀਂ ਹੁੰਦਾ ਇਦੋਂ ਪਹਿਲਾਂ ਵੀ ਮੇਰੇ ਨਾਲ ਕੀ ਆਊਗਾ, ਕੌਣ ਆਊਗਾ, ਅਤੇ ਰਿੰਗ ਦੇ ਉੱਤੇ ਮੈਂ ਦੇਖਦਾ ਸਾਰਾ। ਪਰ ਅਕਸਰ ਵੇਖਿਆ ਜਾਂਦਾ ਕਿ ਤੁਸੀਂ ਜਦੋਂ ਆਪਣੀ ਖੇਡ ਦੀ ਇੱਕ ਨੀਤੀ ਬਣਾਉਂਦੇ ਹੋ, ਸਾਹਮਣੇ ਕਿਹੜੀ ਟੀਮ ਜਾਂ ਕਿਹੜਾ ਖਿਡਾਰੀ ਤੁਹਾਡੇ ਸਾਹਮਣੇ ਆ, ਹਾਂਜੀ, ਉਹਦੀਆਂ ਵੀਡੀਓਜ਼ ਦੇਖੀਆਂ ਜਾਂਦੀਆਂ ਨੇ, ਉਹਦੇ ਦਾਅ ਦੇਖੇ ਜਾਂਦੇ ਨੇ ਕਿ ਇਹਨੂੰ ਮੈਂ ਕਿਵੇਂ ਨੱਪ ਸਕਦਾ, ਕਿਵੇਂ ਹਰਾ ਸਕਦਾ, ਕਿਵੇਂ ਮੈਂ ਤੋਂ ਬਚ ਸਕਦਾ, ਹਾਂਜੀ, ਕੀ ਇੱਦਾਂ ਦੀ ਸਟ੍ਰੈਟਜੀ ਤੁਸੀਂ ਵੀ ਬਣਾਉਂਦੇ, ਇਸ ਤਰ੍ਹਾਂ ਨੀਤੀ ਬਣਾਉਂਦੇ? ਹਾਂਜੀ, ਇਹ ਸਾਰਾ ਕੁਛ ਮੇਰਾ ਜਿਹੜਾ ਕੋਚ ਰਾਇਨ ਗ੍ਰੈਂਟ ਆਰ ਜੀ, ਉਹ ਗ੍ਰੈਂਟ ਬ੍ਰਦਰਸ ਦਾ ਉਹ ਆਪਣਾ ਹੈੱਡ ਕੋਚ ਆ ਜੀ, ਉਹ ਵੀਡੀਓ ਦੇਖਦਾ, ਉਹ ਸਾਰਾ ਉਹ ਕੰਮ ਕਰਦਾ ਜੀ, ਉਹ ਵੀਡੀਓ ਦੇਖਦਾ, ਉਹ ਕਿਵੇਂ ਖੇਡਦਾ ਗਾ, ਉਹਦੇ ਹਿਸਾਬ ਨਾਲ ਮੈਨੂੰ ਫਿਰ ਟ੍ਰੇਨਿੰਗ ਕਰਾਉਂਦਾ ਗਾ, ਮੈਨੂੰ ਪੈਡ ਕਰਾਉਂਦਾ ਗਾ, ਤਾਂ ਇੱਦਾਂ ਉਹ ਪਲੈਨਿੰਗ ਕਰਦਾ ਗਾ, ਅਤੇ ਮੈਂ ਬਸ ਸਿਰਫ ਟ੍ਰੇਨਿੰਗ ਕਰਨੀ ਆ ਉਹਦੇ ਹਿਸਾਬ ਦੀ, ਫਿਰ ਮੈਂ ਟ੍ਰੇਨਿੰਗ ਕਰੂੰਗਾ ਤਾਂ ਫਿਰ ਮੈਨੂੰ ਈਜ਼ੀ ਹੁੰਦਾ ਫਾਈਟ ਕਰਨ ਲਈ। ਅਤੇ ਹੋਰ ਇੱਥੇ ਇਸ ਤੋਂ ਇਲਾਵਾ, ਇਸ ਫਾਈਟ ਤੋਂ ਇਲਾਵਾ ਵੀ ਕੁਝ ਤੁਸੀਂ ਇੱਥੇ ਟ੍ਰੇਨਿੰਗ ਵਾਸਤੇ ਤੁਸੀਂ ਗੱਲ ਕਰ ਰਹੇ ਸੀ ਆਪਣੇ ਪ੍ਰੋਗਰਾਮ ਤੋਂ ਪਹਿਲਾਂ ਕਿ ਤੁਹਾਡੀ ਟ੍ਰੇਨਿੰਗ ਵੀ ਇੱਥੇ ਕੈਨੇਡਾ ਵਿੱਚ ਚੱਲ ਰਹੀ ਹੈ? ਹਾਂਜੀ, ਇੱਥੇ ਸਿੱਧੂ ਫੈਮਿਲੀ ਕੋਲ ਮੈਂ ਇੱਥੇ ਆਉਣਾ, ਉਹਨੇ ਮੇਰਾ 5ਵਾਂ ਗੇੜਾ ਜੀ ਇੱਥੇ, ਤਾਂ ਪਹਿਲਾਂ ਮੈਂ ਟ੍ਰੇਨਿੰਗ ਕਰਦਾ ਰਿਹਾ ਜੀ, ਅਪ ਐਂਡ ਡਾਊਨ ਕਰਦਾ ਰਹਿਣਾ ਜੀ, ਅਤੇ ਇੱਥੇ ਟ੍ਰੇਨਿੰਗ ਕਰਦਾ, ਫਿਰ ਮੈਂ ਇੰਡੀਆ ਚਲਾ ਜਾਂਦਾ ਜੀ। ਹੁਣ ਮੇਰੀ ਇੱਥੇ ਜਦੋਂ ਉਹਨਾਂ ਨੇ ਯੂਨਾਈਟਡ ਪ੍ਰਮੋਸ਼ਨ ਵਾਲੇ ਆ, ਉਹਨਾਂ ਨੇ ਮੈਨੂੰ ਸੱਦਾ ਦਿੱਤਾ ਵੀ ਇੱਥੇ ਵੀ ਆ ਕੇ ਸਾਡੇ ਨਾਲ ਫਾਈਟ ਕਰ, ਤਾਂ ਹੁਣ ਮੈਂ ਇੱਥੇ ਹਰਸ਼ੀ ਸੈਂਟਰ ਮਾਰਚ 17 ਨੂੰ ਫਾਈਟ ਕਰੂੰਗਾ ਜੀ। ਇਸ ਫਾਈਟ ਤੋਂ ਬਾਅਦ ਅਗਲੇ ਤੁਹਾਡੇ ਕਿਹੜੇ ਮੈਚ ਨੇ, ਜਾਂ ਉਸ ਤੋਂ ਅਗਲੀ ਤੁਹਾਡੀ ਕੀ ਨੀਤੀ ਕੀ ਹੈ, ਪਲਾਨ ਕੀ ਹੈ? ਇਦੋਂ ਅਗਲੀ ਨੀਤੀ ਜਿਹੜਾ ਮੇਰਾ ਕੋਚ ਰਾਇਨ ਗ੍ਰੈਂਟ
ਤੇ ਇਹ ਜਿਹੜੀ ਟ੍ਰੇਨਿੰਗ ਤੁਹਾਡੀ ਇੱਥੇ ਚੱਲ ਰਹੀ ਹੈ ਇਹਦਾ ਸਾਰਾ ਜੋ ਖਰਚਾ ਹੈ ਉਹ ਕੌਣ ਦੇ ਰਿਹਾ ਉਹ ਸਿੱਧੂ ਫੈਮਿਲੀ ਦੇ ਰਹੀ ਹੈ ਸਾਡੀ ਅੱਛਾ ਜੀ ਹਾਂਜੀ ਆਖਿਰ ਦੇ ਵਿੱਚ ਕਿਉਂਕਿ ਗੱਲਾਂ ਕਰਦੇ ਆ ਪਤਾ ਨਹੀਂ ਲੱਗਾ ਕਿ ਵਕਤ ਹੋ ਵੀ ਗਿਆ ਸਾਡੇ ਪ੍ਰੋਗਰਾਮ ਖਤਮ ਹੋਣ ਦਾ ਜਦੋਂ ਅਜਿਹੇ ਹੋਣ ਹਰ ਖਿਡਾਰੀ ਸਾਡੇ ਕੋਲ ਬੈਠੇ ਹੋਣ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਵੀ ਇਹਨਾਂ ਦੀ ਹੌਸਲਾ ਅਫਜ਼ਾਈ ਕਰੀਏ ਤੁਸੀਂ ਵੀ ਸੁਖਦੀਪ ਦੀ ਫਾਈਟ ਦੇਖਣ ਜ਼ਰੂਰ ਜਾਇਓ ਤੇ ਆਖਿਰ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣਾ ਸੁਨੇਹਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਹਾਂਜੀ ਮੈਂ ਇਹੀ ਕਹਿਣਾ ਚਾਹੂੰਗਾ ਤੁਸੀਂ ਮੇਰੀ ਫਾਈਟ 'ਤੇ ਆਇਓ ਅਤੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਇਓ ਸਾਰੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਇਓ ਤੁਹਾਨੂੰ ਜਦੋਂ ਮੇਰੀ ਫਾਈਟ ਦੇਖੋਗੇ ਤੁਹਾਨੂੰ ਵਧੀਆ ਫੀਲ ਹੋਊਗਾ ਤੁਹਾਡੇ ਬੱਚਿਆਂ ਨੂੰ ਵੀ ਕਾਫੀ ਸਿੱਖਣ ਦਾ ਮੌਕਾ ਮਿਲੂਗਾ ਕਿਉਂਕਿ ਅੱਜ ਕੱਲ੍ਹ ਜਿਹੜੇ ਸਿੰਗਰਾਂ ਨੇ ਕਾਫੀ ਹੋਰ ਹੀ ਪਾਸੇ ਨੂੰ ਲੈ ਗਏ ਆ ਤਾਂ ਤੁਸੀਂ ਦੇਖੋਗੇ ਵੀ ਇਹ ਇੱਧਰ ਨੂੰ ਵੀ ਇੱਕ ਲਾਈਫ ਜਾਂਦੀ ਆ ਤਾਂ ਆਪਣੇ ਇੱਧਰ ਨੂੰ ਵੀ ਸਕੋਪ ਹੈਗਾ ਕਾਫੀ ਤਾਂ ਗਾਣਿਆਂ ਨੂੰ ਛੱਡ ਕੇ ਹੋਰ ਇੱਧਰ ਨੂੰ ਵੀ ਆਓ ਬੋਕਸਿੰਗ ਵਾਲੇ ਖੇਡਾਂ ਨੂੰ ਵੀ ਆਓ ਬਿਲਕੁਲ ਜੀ ਹਾਂਜੀ ਜੇ ਮਨ ਵਿੱਚ ਇੱਛਾ ਸ਼ਕਤੀ ਹੋਵੇ ਤਾਂ ਕੋਈ ਵੀ ਨਿਸ਼ਾਨਾ ਜਿਹੜਾ ਉਹ ਪ੍ਰਾਪਤ ਕੀਤਾ ਜਾ ਸਕਦਾ ਜਿਵੇਂ ਸੁਖਦੀਪ ਨੇ ਚੱਕਰ ਪਿੰਡ 'ਚੋਂ ਉੱਠ ਕੇ ਅਤੇ ਹੁਣ ਕੈਨੇਡਾ ਦੇ ਵਿੱਚ ਵੀ ਫਾਈਟ ਕਰ ਲਈ ਆਏ ਬਾਕੀ ਅੰਤਰਰਾਸ਼ਟਰੀ ਹੋਰ ਕਈ ਫਾਈਟਸ ਜਿਹੜੀਆਂ ਨੇ ਹੁਣ ਤੱਕ ਕੀਤੀਆਂ ਨੇ ਅਤੇ ਪ੍ਰਾਈਮ ਮਿਨਿਸਟਰ ਵੱਲੋਂ ਵੀ ਆਪ ਨੂੰ ਸ਼ੁਭਕਾਮਨਾਵਾਂ ਕਿ ਤੁਸੀਂ ਅੱਗੋਂ ਹੋਰ ਤਰੱਕੀ ਕਰੋ ਅਤੇ ਜੋ ਤੁਹਾਡੇ ਨਿਸ਼ਾਨੇ ਉਹਨਾਂ ਨੂੰ ਪ੍ਰਾਪਤ ਕਰੋ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਮਹਿਮਾਨ ਦੇ ਨਾਲ ਤਦ ਤੱਕ ਲਈ ਮੈਨੂੰ ਅਵਨੀਤ ਸਿੰਘ ਤੇਜਾ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।